ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਲਾਈਕ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਤਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਨੇ ਆਂ ਕਿੰਦੇ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਸੇਠ ਰਿਹਾ ਕਰਦਾ ਸੀ ਕਿੰਦੇ ਉਹ ਬੜਾ ਜ਼ਿਆਦਾ ਧਰਮਾਤਮਾ ਤੇ ਪਰਮਾਤਮਾ ਦਾ ਨਾਮ ਜਪਣ ਵਾਲਾ ਸੀ ਕਿੰਦੇ ਉਹਦੇ ਘਰ ਇੱਕ ਧੀ ਦਾ ਜਨਮ ਹੋਇਆ ਕਿੰਦੇ ਧੀ ਵੀ ਬੜੇ ਗੁਣਾ ਵਾਲੀ ਹੋਈ ਕਿੰਦੇ ਜਿਵੇਂ ਜਿਵੇਂ ਵੱਡੀ ਹੋਣ ਲੱਗੀ ਓਮੀ ਓਮੀ ਗੁਨਾ ਦੀ ਧਾਰਨੀ ਤੇ ਓਮੀ ਓਮੀ ਤਿੱਖਣ ਬੁਲਦੀ ਵਾਲੀ ਹੋਈ ਕਹਿੰਦੇ ਸੇਠ ਨੇ ਨਾਲ ਦੇ ਨਗਰ ਵਿੱਚ ਇੱਕ ਧਨੀ ਸੇਠ ਵੇਖ ਕੇ ਤੇ ਉਸ ਦੇ ਘਰ ਆਪਣੀ ਧੀ ਦਾ ਵਿਆਹ ਕਰ ਦਿੱਤਾ ਕਹਿੰਦੇ ਉਹ ਧਨੀ ਸੇਠ ਦੀ ਇੱਕ ਕਮੀ ਸੀ ਉਹ ਬੜਾ ਜ਼ਿਆਦਾ ਕੰਜੂਸ ਸੀ ਕਹਿੰਦੇ ਜਦੋਂ ਧੀ ਉਹਦੇ ਘਰ ਗਈ ਕਹਿੰਦੇ ਕੋਜੀ ਦਿਨਾ ਵਿੱਚ ਧੀ ਨੇ ਆਪਣੇ ਸੁਭਾਅ ਤੇ ਆਪਣੇ ਗੁਨਾ ਦੇ ਨਾਲ ਸਾਰਿਆਂ ਦਾ ਮਨ ਮੋਲਿਆ ਕਹਿੰਦੇ ਇੱਕ ਦਿਨ ਕੀ ਹੋਇਆ ਕਹਿੰਦੇ ਸੇਠ ਆਪਣੇ ਘਰ ਸੀ ਕਹਿੰਦੇ ਇੱਕ ਦਿਨ ਬੂਹੇ ਦੇ ਅੱਗੇ ਕੋਈ ਸੰਤ ਫਕੀਰ ਮੰਗਣ ਲਈ ਆਉਂਦਾ ਕਹਿੰਦੇ ਉਹ ਨਾ ਰੋਟੀ ਲੈ ਕੇ ਤੇ ਉਹ ਸੰਤ ਫਕੀਰ ਦੇ ਕੋਲ ਆਏ ਕਹਿੰਦੇ ਜਿਹੜਾ ਸੰਤ ਫਕੀਰ ਬਣਿਆ ਹੋਇਆ ਸੀ ਕਹਿੰਦੇ ਉਹ ਥੋੜੀ ਹੀ ਜਿਹੜੀ ਉਮਰ ਦਾ ਸੀ ਕਹਿੰਦੇ ਜਦੋਂ ਕੋਲ ਗਈ ਤਾਂ ਉਹਨੇ ਕਿਹਾ ਵੀ ਪ੍ਰਸ਼ਾਦਾ ਤਾ ਜਾਏ ਕਿ ਬਿਹਾ ਕਹਿੰਦੀ ਬਿਹਾ ਪ੍ਰਸ਼ਾਦਾ ਲੈ ਕੇ ਆਈਆਂ ਕਹਿੰਦੀ ਉਹ ਸੰਤ ਫਕੀਰ ਜਿਹੜੇ ਸਨ ਉਹਨੇ ਉਸ ਤੋਂ ਬਾਅਦ ਕਿਹਾ ਵੀ ਜਿਹੜਾ ਉਹ ਤੂੰ ਮੇਰੀ ਝੋਲੀ ਪਾ ਦੇ ਉਹ ਕਹਿੰਦੀ ਐਨੀ ਤੈਨੂੰ ਕਾਹਦੀ ਕਾ ਲਈਏ ਕਹਿੰਦਾ ਮੈਨੂੰ ਡਰ ਲੱਗਦਾ ਪਿਆ ਜਦੋਂ ਉਹਨੇ ਸਾਰੀ वार्तालाਪ ਉਹ ਸੇਠ ਨੇ ਸੁਣੀ ਤੇ ਉਹਦੀ ਹੈਰਾਨੀ ਦਾ ਹੱਦ ਨਾਰੀ ਕਹਿੰਦਾ ਇੱਕ ਤੇ ਮੇਰੀ ਨੂੰ ਜਿਹੜੀ ਉਹਨੂੰ ਕਹਿੰਦੀ ਮੈਂ ਬੇਹਾ ਪ੍ਰਸ਼ਾਦਾ ਲੈ ਕੇ ਆਈਆਂ ਤੇ ਅਸੀਂ ਬੇਹਾ ਪ੍ਰਸ਼ਾਦਾ ਹੀ ਖਾਣੇ ਆ ਜਦੋਂ ਕਿ ਮੇਰੇ ਘਰ ਤਾਂ ਤਿੰਨੋਂ ਸਮੇਂ ਤਾਜ਼ਾ ਪ੍ਰਸ਼ਾਦਾ ਬਣਦਾ ਹੈ ਤਉ ਸੰਤ ਫਕੀਰ ਲੋਕਾਂ ਨੂੰ ਕੀ ਕਹੇਗਾ ਜਾ ਕੇ ਵੀ ਐਡਾ ਵੱਡਾ ਸੇੜ ਤੇ ਉਹਦੇ ਘਰ ਬਿਹਾ ਪ੍ਰਸ਼ਾਦਾ ਬਣਦਾ ਮੇਰੀ ਜਿਹੜੀ ਨੂੰਹ ਇਹ ਤਾਂ ਝੂਠ ਵੀ ਬੋਲਦੀ ਐ ਦੂਸਰਾ ਉਹਨੇ ਕਿਹਾ ਵੀ ਇਹ ਪੱਜੀ ਪੱਜੀ ਆ ਕੇ ਤੇ ਉਹਨੂੰ ਐਵੇਂ ਕਿਉਂ ਕਿਹਾ ਵੀ ਤੈਨੂੰ ਐਡੀ ਕਾਦੀ ਕਾਲੀ ਸੀ ਤੇ ਉਸਨੇ ਉਹਨੂੰ ਜਵਾਬ ਦਿੱਤਾ ਕਿ ਮੈਨੂੰ ਤਾਂ ਡਰ ਲੱਗਦਾ ਪਿਆ ਸੀ ਜ਼ਰੂਰ ਇਹ ਇਸ ਨੂੰ ਪਹਿਲਾਂ ਤੋਂ ਜਾਣਦੀ ਤਾਂ ਕਰਕੇ ਏਜਸ ਦੇ ਨਾਲ ਇੱਥੇ ਖੜ ਕੇ ਵਾਰਤਾਲਾਪ ਕਰਦੀ ਪਈ ਹੈ ਕਹਿੰਦੇ ਸੇਠ ਨੇ ਸੋਚਿਆ ਵੀ ਮੈਂ ਹੁਣ ਇੱਥੇ ਕੁਝ ਸਮਾਂ ਰੁੱਕ ਕੇ ਇਹ ਸਾਰੀ ਵਾਰਤਾਲਾਪ ਤਿਆਨ ਨਾਲ ਸੁਣਾਗਾ ਕਹਿੰਦੇ ਇੰਨੇ ਨੂੰ ਉਸ ਜਿਹੜਾ ਸੰਤ ਸੀ ਉਹ ਸੰਤ ਫਕੀਰ ਸੀ ਉਹਨੇ ਕਿਹਾ ਵੀ ਤੇਰੀ ਉਮਰ ਕਿੰਨੀ ਹੈ ਕਹਿੰਦੀ ਮੇਰੀ ਉਮਰ ਤਾਂ ਹਜੇ 9 ਕੁ ਵਰਿਆਂ ਦੀ ਹੈ ਜਦੋਂ ਸੇਠ ਨੇ ਇਹ ਗੱਲ ਸੁਣੀ ਉਹਦੀ ਹੋਰ ਹੈਰਾਨੀ ਦਾ ਹੱਦ ਨਾਰੀ ਕਹਿੰਦੇ ਲਗਭਗ ਇਹਦੀ ਉਮਰ ਇਸ ਦੇ ਨਾਲੋਂ 3 ਗੁਣਾ ਹੈ ਪਰ ਇਸ ਨੇ ਆਪਣੀ ਉਮਰ ਇੰਨੀ ਘੱਟ ਕਿਉਂ ਦੱਸੀਏ ਮੈਨੂੰ ਇਸ ਦੇ ਮਨ ਵਿੱਚ ਜ਼ਰੂਰ ਕੋਈ ਚੋਰ ਲੱਗਦਾ ਪਿਆ ਕਹਿੰਦੇ ਇਸ ਤੋਂ ਬਾਅਦ ਉਹਨੇ ਕਿਹਾ ਅੱਛਾ ਤੇਰੀ ਸਾਸੂ ਮਾ ਜੜੀਏ ਉਹਦੀ ਉਮਰ ਕਿੰਨੀ ਉਹਨੇ ਕਿਹਾ ਜੀ ਉਹਦੀ ਉਮਰ 7 ਸਾਲ ਹੈ ਹੁਣ ਸੇਠ ਦੀ ਹੋਰ ਹੈਰਾਨੀ ਦੀ ਹਾਦਨਾਰੀ ਕਹਿੰਦੇ ਆਪਣੇ ਤੋਂ ਘਟ ਉਮਰ ਦੀ ਆਪਣੀ ਸੱਸ ਨੂੰ ਦੱਸਦੀ ਪਈ ਜਦੋਂ ਕਿ ਇਹਦੀ ਸੱਸ ਤਾਂ 60 ਵਰਿਆਂ ਦੀ ਏ ਕਹਿੰਦੇ ਅੱਛਾ ਫਿਰ ਤੇਰੇ ਘਰ ਵਾਲੇ ਦੀ ਉਮਰ ਕਿੰਨੀ ਹੈ ਕਹਿੰਦੀ ਜੀ ਉਹਦੀ ਤਾਂ ਲਗਭਗ 3.5 ਕੋ ਸਾਲ ਦੀ ਉਮਰ ਹੈ ਹੁਣ ਉਹ ਬੜਾ ਜ਼ਿਆਦਾ ਹੈਰਾਨ ਹੋਇਆ ਵੀ ਪਹਿਲਾਂ ਮੈਨੂੰ ਸਿਆਣੀ ਤੇ ਸਮਝਦਾਰ ਸਮਝਦਾ ਸੀ ਪਰ ਇਹ ਤਾਂ ਜਮ੍ਹਾਂ ਹੀ ਆਪਣੀ ਕਮਲੀ ਨਿਕਲੀਏ ਕਹਿੰਦੇ ਫਿਰ ਤੇਰੇ ਸਹੁਰੇ ਸਾਹਿਬ ਦੀ ਉਮਰ ਕਿੰਨੀ ਹੈ ਕਹਿੰਦੀ ਜੀ ਉਹਨੇ ਤਾਂ ਹਜੇ ਜਨਮ ਹੀ ਨਹੀਂ ਲਿਆ ਜਦੋਂ ਇਹ ਗੱਲ ਸੁਣੀ ਉਹਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਐਨਾ ਕਹਿ ਕੇ ਉਹ ਸੰਤ ਫਕੀਰ ਉੱਥੋਂ ਚਲਾ ਗਿਆ ਸੰਤ ਫਕੀਰ ਕਹਿੰਦੇ ਵੀ ਤੇਰਾ ਬੇਹੀ ਰੋਟੀ ਦੇਣ ਲਈ ਬੜਾ ਬੜਾ ਧੰਨਵਾਦ ਪਰ ਜਿੰਨੀ ਛੇਤੀ ਹੋ ਸਕੇ ਇਸ ਕਰ ਤਾਜੀ ਦਾ ਤੁਸੀਂ ਪ੍ਰਬੰਧ ਕਰ ਲਓ ਐਨਾ ਕਹਿ ਕੇ ਤੇ ਸੰਤ ਫਕੀਰ ਚਲੇ ਗਏ ਕਹਿੰਦੇ ਹੁਣ ਉਹਦੇ ਮਨ 'ਚ ਸਾਰੀਆਂ ਗੱਲਾਂ ਜਿਹਨੀਆਂ ਸਨ ਉਹ ਬੜੀਆਂ ਜਿਆਦਾ ਕਾਰ ਕਰਨ ਲੱਗੀਆਂ ਕਹਿੰਦੇ ਮੈਂ ਤੇ ਆਪਣਾ ਇਕਲੌਤਾ ਪੁੱਤਰ ਸੀ ਉਹਦੇ ਲਈ ਕਮਲੀ ਵਿਆਹ ਕੇ ਲੈ ਆਵਾਂ ਜਿੰਨੀ ਛੇਤੀ ਆਪਣੇ ਪੁੱਤਰ ਨੂੰ ਇਸ ਤੋਂ ਛੜਕਾਰਾ ਦਵਾਦਾ ਉਹਨਾਂ ਹੀ ਜ਼ਿਆਦਾ ਚੰਗਾ ਹੈ ਉਹਨੇ ਨਾ ਉਹਦੇ ਮਾਪ ਪਿਓ ਲਈ ਸਨੇਹਾ ਭੇਜ ਦਿੱਤਾ ਵੀ ਕੱਲ ਨੂੰ ਤੁਸੀਂ ਸਾਡੇ ਘਰ ਹਾਜ਼ਰ ਹੋ ਜਾਓ ਕਿੰਦੇ ਉਧਰੋਂ ਨਗਰ ਦੇ ਜਿਹੜੇ ਪੰਜ ਮੋਰੀ ਬੰਦੇ ਸਨ ਉਹਨਾਂ ਨੂੰ ਆਪਣੇ ਘਰ ਲਿਆ ਆ ਉਹਦੇ ਘਰ ਦੇ ਜਿਹੜੇ ਮੋਰੀ ਉਹ ਵੀ ਆ ਗਏ ਤੇ ਜਿਹੜੇ ਪੰਜ ਮੋਰੀ ਬੰਦੇ ਸਨ ਉਹ ਵੀ ਆ ਗਏ ਉਹਨਾਂ ਕਿਹਾ ਵੀ ਤੂੰ ਆਪਣੇ ਸਾਨੂੰ ਇੰਨੀ ਛੇਤੀ ਛੇਤੀ ਨਾਲ ਕਿਉਂ ਸੱਦਿਆ ਉਨੇ ਸਾਰੇ ਕਿਹਾ ਵੀ ਮੈਂ ਤੁਹਾਨੂੰ ਆਰਾਮ ਨਾਲ ਗੱਲ ਦੱਸਾਂਗਾ ਪਰ ਉਸ ਤੋਂ ਪਹਿਲਾਂ ਤੁਸੀਂ ਜੋ ਵੀ ਸਿੱਟਾ ਕੱਢੋਗੇ ਸੋਚ ਸਮਝ ਕੇ ਤੇ ਵਿਚਾਰ ਕੇ ਕਰਿਓ ਕਿਉਂਕਿ ਮੈਂ ਇਸ ਇਲਾਕੇ ਦਾ ਤਨੀ ਸੇਠ ਮੇਰਾ ਬੜਾ ਜਿਆਦਾ ਨਾਮ ਤੇ ਰਤਬਾ ਹੈ ਇਹ ਗੱਲ ਇੱਥੇ ਰਵੇ ਉਹ ਕਹਿੰਦੇ ਕੋਈ ਨਾ ਉਹ ਕਹਿੰਦਾ ਵੀ ਮੈਂ ਤੁਹਾਨੂੰ ਇੱਥੇ ਆਪਣੀ ਨੂੰ ਬਾਰੇ ਗੱਲ ਕਰਨ ਲਈ ਲੈ ਕੇ ਆਇਆ ਹਾਂ ਤੇ ਤੁਸੀਂ ਉਸ ਦੇ ਬਾਰੇ ਫੈਸਲਾ ਕਰਿਓ ਉਹਨਾਂ ਕਹੇ ਜੀ ਕੋਈ ਨਾ ਉਹਨੇ ਆਪਣੀ ਨੂੰ ਨੂੰ ਬਾਰ ਬੁਲਾਇਆ ਉਦੀ ਨੂੰ ਨੇ ਬੜੇ ਸਤਕਾਰ ਨਾਲ ਆ ਕੇ ਤੇ ਉੱਥੇ ਬੈਠ ਕੇ ਉਹ ਕਹਿੰਦਾ ਧੀਏ ਜੋ ਵੀ ਕੱਲ ਵਾਪਰਿਆ ਉਹ ਤੂੰ ਆਪਣੀ ਮੂੰਹੋਂ ਦੱਸ ਤੇ ਫੇਰ ਮੈਂ ਤੇਨੂੰ ਦੱਸਾਂਗਾ ਵੀ ਮੈਂ ਸਾਰਾ ਕੁਝ ਕਿਉਂ ਬੁਲਾਇਆ ਕਹਿੰਦੀ ਪਿਤਾ ਜੀ ਵੀ ਤੁਸੀਂ ਸਾਰਿਆਂ ਨੂੰ ਲੈ ਕੇ ਆਇਓ ਤੁਸੀਂ ਨਾ ਸਾਰਿਆਂ ਨੂੰ ਇਕੱਠਾ ਕੀਤਾ ਮੇਰੇ ਮਾਪਿਓ ਨੂੰ ਤੇ ਇੰਨਾ ਪਰਦਾ ਨਾਲ ਨੂੰ ਤੇ ਫਿਰ ਤੋ ਪਹਿਲਾ ਹੱਕ ਤਾਂ ਤੁਹਾਡਾ ਹੀ ਬੰਦ ਹੈ ਵੀ ਤੁਸੀਂ ਨਾ ਸਭ ਨੂੰ ਕਿਉਂ ਇੱਥੇ ਇਕੱਠਾ ਕੀਤਾ ਤੇ ਕੱਲ ਜੋ ਵਾਪਰਿਆ ਪਹਿਲ ਤਾਂ ਤੁਹਾਡੀ ਹੋਣੀ ਚਾਹੀਦੀ ਤੁਸੀਂ ਸਾਰਿਆਂ ਨੂੰ ਇਕੱਠਾ ਕਰਕੇ ਲੈ ਕੇ ਆਇਓ ਇਸ ਲਈ ਤੁਸੀਂ ਗੱਲ ਕਰੋ ਜਦੋਂ ਸਾਰਿਆਂ ਦੀ ਗੱਲ ਸੁਣੀ ਤੇ ਉਹਨਾਂ ਕਿਆ ਵੀ ਹਾਂ ਸਾਨੂੰ ਲੈ ਕੇ ਦੇ ਤੂੰ ਹੀ ਆਇਆ ਜੇ ਤੂੰ ਆਪਣੇ ਮੂੰਹੋਂ ਗੱਲ ਦੱਸੇਗਾ ਤੇ ਜ਼ਿਆਦਾ ਚੰਗਾ ਹੋਵੇਗਾ ਕਹਿੰਦਾ ਠੀਕ ਹੈ ਕਹਿੰਦੇ ਫਿਰ ਐਵੇਂ ਆ ਵੀ ਉਹ ਮੈਨੂੰ ਗੱਲ ਮੂੰਹੋਂ ਦੱਸ ਤੇ ਕਿਤੇ ਨਾ ਕਿਤੇ ਮੈਂ ਸੰਕੇਤ ਕਰਦਾ ਪਿਆ ਗੱਲ ਐਵੇਂ ਆ ਵੀ ਮੈਂ ਜੋ ਕਹਾਂਗਾ ਇਹਨੂੰ ਕਹਿ ਵੀ ਜੇ ਉਹ ਗੱਲ ਸੱਚੇ ਤੇ ਉਹਦੇ 'ਚ ਹਾਮੀ ਭਰੀ ਜਾਵੇ ਉਹਨੇ ਕਿਹਾ ਪਿਤਾ ਜੀ ਕੋਈ ਨਾ ਉਹ ਕਹਿੰਦਾ ਵੀ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਮੈਂ ਬੜਾ ਜ਼ਿਆਦਾ ਤਨੀਆਂ ਮੇਰੇ ਘਰ ਬਹੁਤ ਜ਼ਿਆਦੀ ਧਨ ਸੰਪਦਾ ਹੈ ਕਹਿੰਦੇ ਤੁਸੀਂ ਵੀ ਆਉਂਦੇ ਹੋ ਕਦੇ ਐਸਾ ਹੋਇਆ ਵੀ ਤੁਸੀਂ ਕਦੀ ਬਹਾ ਪ੍ਰਸ਼ਾਦਾ ਖਾਦਾ ਹੋਵੇ ਸਾਡੇ ਕੋਲ ਉਹਨੇ ਕਿਹਾ ਨਹੀਂ ਜੀ ਤਨਾਤਰਾਂ ਦੇ ਪਕਵਾਨ ਬਣਦੇ ਨੇ ਫਿਰ ਧੀਏ ਕੱਲ ਤੂੰ ਐਵੇਂ ਕਿਉਂ ਕਿਹਾ ਵੀ ਸਾਡੇ ਘਰ ਤੇ ਬਹਾ ਪ੍ਰਸ਼ਾਦਾ ਹੀ ਬੰਦ ਹੈ ਕਹਿੰਦੀ ਪਿਤਾ ਜੀ ਮੈਂ ਗੱਲ ਕਹੀ ਤੇ ਸਾਰਿਆਂ ਸਾਹਮਣੇ ਕਬੂਲ ਵੀ ਕਰਦੀ ਪਰ ਇਹਦੇ ਨਾਲ ਮੈਂ ਤੁਹਾਨੂੰ ਕੁਝ ਦੱਸਣਾ ਵੀ ਚਾਹੁੰਨੀ ਆ ਉਹਨਾਂ ਕਹੇ ਜੀ ਦੱਸੋ ਕਿੰਦੀ ਪਿਤਾ ਜੀ ਬੇਹਾ ਪ੍ਰਸ਼ਾਦਾ ਭਾਵ ਹੁਣ ਤੱਕ ਆਪਾਂ ਜੋ ਵੀ ਕਮਾਇਆ ਉਹਦਾ ਵੀ ਮੇਰੇ ਘਰ ਵਾਲੇ ਦਾ ਇੱਥੇ ਕੋਈ ਯੋਗਦਾਨ ਨਹੀਂ ਹੈਗਾ ਤੁਸੀਂ ਉਹਨੂੰ ਕਦੀ ਵੀ ਕਿਸੇ ਹਾਟੀਆਂ ਦੁਕਾਨ ਤੇ ਕੰਮ ਨਹੀਂ ਕਰਨ ਦਿੰਦੇ ਕਹਿੰਦੇ ਤੁਸੀਂ ਉਹਨੂੰ ਹਰ ਸਮੇਂ ਘਰ ਹੀ ਬਿਠਾਈ ਰੱਖ ਦਿਓ ਜੋ ਵੀ ਕੰਮ ਕਰ ਹੈ ਉਹ ਤੁਸੀਂ ਆਪ ਕਰ ਦਿਓ ਇਸ ਕਰਕੇ ਇਸ ਦੇ ਵਿੱਚ ਸਾਡਾ ਦਾ ਕੁਝ ਵੀ ਨਹੀਂ ਹੈਗਾ ਇਸ ਕਰਕੇ ਮੈਂ ਕਿਹਾ ਵੀ ਇਹ ਬੇਹਾ ਪ੍ਰਸ਼ਾਦ ਹੈ ਇਹਦੇ ਵਿੱਚ ਸਾਡੀ ਦਸਾਂ ਨੂਹਾਂ ਦੀ ਕੀਰਤਨੀ ਹੈਗੀ ਅਸੀਂ ਤਾਂ ਤੁਹਾਡਾ ਦਿੱਤਾ ਖਾਣਦੇ ਹਾਂ ਇਸ ਕਰਕੇ ਮੈਂ ਕਿਹਾ ਸੀ ਵੀ ਇਹ ਬੇਹਾ ਪ੍ਰਸ਼ਾਦ ਹੈ ਤੇ ਉਹ ਸੰਤ ਫਕੀਰ ਨੇ ਜਾਣ ਲੱਗਿਆ ਇਸ ਲਈ ਕਿਹਾ ਵੀ ਜਿੰਨੀ ਛੇਤੀ ਹੋ ਸਕੇ ਤਾਜ਼ਾ ਪ੍ਰਸ਼ਾਦਾ ਖਾਓ ਭਾਵ ਵੀ ਉਹ ਵੀ ਤੇਰੇ ਘਰ ਆਲਾ ਵੀ ਕਾਰਜ ਕਰਨ ਲੱਗ ਜੇ ਜਿਸ ਦੇ ਨਾਲ ਵੀ ਤੁਹਾਡੇ ਘਰ ਸੰਪੰਨਤਾ ਆਵੇ ਕਹਿੰਦੀ ਜਦੋਂ ਕਿਸੇ ਦਾ ਘਰ ਵਾਲਾ ਕੰਮਕਾਜ ਕਰਦਾ ਹੈ ਨਾ ਤੇ ਉਹਦੀ ਜਿਹੜੀ ਮਿਹਨਤ ਹੁੰਦੀ ਹੈ ਕਹਿੰਦੇ ਉਹਦੇ ਨਾਲ ਇੱਜ਼ਤ ਸਤਿਕਾਰ ਜਿਹੜੀ ਪਤਨੀ ਹੈ ਉਹਦਾ ਵੀ ਵੱਧ ਜਾਂਦਾ ਤਾਂ ਕਰਕੇ ਉਹਨੇ ਕਿਹਾ ਸੀ ਮੈਂ ਉਹਨੂੰ ਕਿਹਾ ਸੀ ਵੀ ਇਹ ਬੇਹਾ ਪਰਚਾਦਾ ਕਹਿੰਦੇ ਅੱਛਾ ਫਿਰ ਜਦੋਂ ਤੂੰ ਪ੍ਰਸ਼ਾਦਾ ਲੈ ਕੇ ਆਈ ਤੂੰ ਐਵੇਂ ਕਿਉਂ ਕਿਹਾ ਵੀ ਤੁਮ ਵੀ ਕਾਲੀ ਕਾਦੀਏ ਤੇਨੂੰ ਤੇ ਉਹਨੇ ਤੈਨੂੰ ਅੱਗੋਂ ਕਿਹਾ ਵੀ ਮੈਨੂੰ ਡਰ ਲੱਗਦਾ ਪਿਆ ਇਹਦਾ ਭਾਵ ਕਿ ਤੁਹਾਡੇ ਦੋਹਾਂ ਦੇ ਮਨਾਂ 'ਚ ਕੋਈ ਨਾ ਕੋਈ ਚੋਰ ਹੈ ਉਹਨੇ ਕਿ ਆ ਪਿਤਾ ਜੀ ਮੈਂ ਇਹ ਗੱਲ ਕਹੀ ਸੀ ਪਰ ਜੇਕਰ ਤੁਸੀਂ ਧਿਆਨ ਦਿੱਤਾ ਹੋਵੇ ਤੇ ਜਿਹੜੇ ਸੰਤ ਫਕੀਰ ਆਪਣੇ ਦਰ ਤੇ ਆਏ ਸਨ ਉਹਨਾਂ ਦੀ ਉਮਰ ਜ਼ਿਆਦਾ ਨਹੀਂ ਸੀ ਕਿੰਦੇ ਹਾਂ ਇਹ ਗੱਲ ਤੇ ਹੈ ਤਾਂ ਹੀ ਮੈਂ ਕਿਹਾ ਵੀ ਤੇਰੇ ਮਨ ਚ ਚੋਰ ਹੈ ਉਹਨੇ ਕਿ ਆ ਪਿਤਾ ਜੀ ਜਦੋਂ ਉਹ ਆਪਣੇ ਦਰ ਤੇ ਆਏ ਸਨ ਜਦੋਂ ਮੈਂ ਉਹਨਾਂ ਨੂੰ ਦੇਖਿਆ ਵੀ ਲੋਕ ਤਾਂ ਬੁਢਾਪੇ ਚ ਜਾ ਕੇ ਵਾਈਗਰੂ ਦਾ ਪਰਮਾਤਮਾ ਦਾ ਨਾਮ ਲੈਂਦੇ ਤੂੰ ਇਨੀ ਛੋਟੀ ਉਮਰ 'ਚ ਪਰਮਾਤਮਾ ਦੇ ਲੜ ਲੱਗੇ ਮੈਂ ਇਸ ਕਰਕੇ ਕਿਹਾ ਸੀ ਵੀ ਲੋਕੀ ਤਾਂ ਬੁਢਾਪੇ 'ਚ ਨਾਮ ਲੈਂਦੇ ਨੇ ਪਰਮਾਤਮਾ ਦਾ ਤੇ ਤੂੰ ਇਨੀ ਛੋਟੀ ਉਮਰ 'ਚੋ ਪਰਮਾਤਮਾ ਦੇ ਲੇਖੇ ਲੱਗ ਗਿਆ ਤਾਂ ਕਰਕੇ ਆਇਆ ਕਿਹਾ ਸੀ ਵੀ ਤੈਨੂੰ ਇਨੀ ਕਾਲੀ ਕਾਦੀਏ ਕਹਿੰਦੇ ਤੇ ਅੱਗੋਂ ਨੇ ਜਵਾਬ ਦਿੱਤਾ ਸੀ ਕਿ ਮੈਨੂੰ ਡਰ ਹੈ ਇਹਦਾ ਭਾਵ ਸੀ ਉਹਨੇ ਕਿਹਾ ਵੀ ਲੋਕ ਬੁਢਾਪੇ 'ਚ ਜਾ ਕੇ ਨਾਮ ਜਪਦੇ ਨੇ ਕਹਿੰਦੇ ਮੈਂ ਬੜੀ ਛੋਟੀ ਉਮਰ ਦੇ ਨੂੰ ਅਕਾਲ ਚਲਾ ਨੇ ਕਰਦੇ ਦੇਖਿਆ ਰੋਗੀ ਹੁੰਦੇ ਦੇਖਿਆ ਗਰੀਬੀ ਦੇਖੀਏ ਲੋਕਾਂ ਦੇ ਘਰ ਲੁੱਟਦੇ ਪਸੁੱਟਦੇ ਦੇਖੇ ਨੇ ਇਸ ਕਰਕੇ ਮੈਂ ਦੁੱਖਾਂ ਦੇ ਜੰਜਾਲ ਤੋਂ ਦੂਰ ਹੋਣ ਲਈ ਉਹ ਪਰਮਾਤਮਾ ਦੇ ਲੇਖੇ ਲੱਗ ਗਿਆ ਉਹਨੇ ਕਿਹਾ ਵੀ ਮੈਨੂੰ ਡਰ ਲੱਗਦਾ ਸੀ ਇਹ ਸਭ ਤੋਂ ਇਸ ਲਈ ਮੈਂ ਪਰਮਾਤਮਾ ਦੇ ਲੇਖੇ ਲੱਗ ਗਿਆ ਜਦੋਂ ਇਹ ਸਾਰਿਆਂ ਨੇ ਗੱਲ ਸੁਣੀ ਤੇ ਸਾਰਿਆਂ ਨੇ ਕਿਹਾ ਵੀ ਤੇਰੀ ਜਿਹੜੀ ਨੂੰਹ ਉਹ ਤਾਂ ਤਿੱਖਣ ਬੁੱਧੀ ਵਾਲੀ ਤੇ ਦੂਰ ਦ੍ਰਿਸ਼ਟੀ ਵਾਲੀ ਹੈ ਉਹਨੇ ਕਿਹਾ ਫਿਰ ਹੋਰ ਵੀ ਗੱਲ ਹੈ ਸਿਰਫ ਇੱਥੇ ਨਹੀਂ ਇਨੇ ਕਹਾਂ ਵੀ ਮੇਰੀ ਉਮਰ ਸਿਰਫ 9 ਵਰੇ ਹੈ। ਇਨੇ ਆਪਣੀ ਉਮਰ ਤੋਂ 3 ਗੁਣਾ ਘੱਟ ਉਮਰ ਕਿਉਂ ਦੱਸੀ? ਕਹਿੰਦੀ ਪਿਤਾ ਜੀ ਮੈਂ ਇਹ ਵੀ ਦੱਸੂੰਗੀ ਮੈਂ ਤੁਹਾਡੀ ਉਮਰ ਵੀ ਦੱਸੀ। ਕਹਿੰਦੀ ਪਿਤਾ ਜੀ ਜਦੋਂ ਮੈਂ 9 ਕੁ ਵਰੇ ਪਹਿਲਾਂ ਮੈਂ ਇੱਕ ਜਗ੍ਹਾ ਤੇ ਗਈ। ਉੱਥੇ ਇੱਕ ਸੰਤ ਫਕੀਰ ਬੈਠੇ ਸਨ। ਇਸ ਤੋਂ ਪਹਿਲਾਂ ਮੈਂ ਸਿਰਫ ਆਪਣੇ ਬਾਰੇ ਸੋਚਦੀ ਸੀ। ਉਸ ਸੰਤ ਫਕੀਰ ਦੀ ਕਥਾ ਕੀਰਤਨ ਸੁਣਨ ਤੋਂ ਬਾਅਦ ਮੈਨੂੰ ਇਹ ਗਿਆਨ ਹੋ ਗਿਆ। ਕਿ ਜਦੋਂ ਆਪਾਂ ਕਿਸੇ ਦੂਜੇ ਦੀ ਮਦਦ ਕਰਦੇ ਆਂ ਜੋ ਦਾਨਪੁਨ ਕਰਦੇ ਆਂ ਉਹੀ ਆਪਣੀ ਉਮਰ ਲੇਖੇ ਜੋਖੇ ਲੱਗਦੀ ਜਦੋਂ ਸਿਰਫ ਆਪਣੇ ਲਈ ਸੋਚਦੇ ਆਂ ਉਹ ਉਮਰ ਤੇ ਆਪਣੀ ਸਵਾਹ ਹੋ ਜਾਂਦੀ ਜਦੋਂ ਆਪਣੇ ਬਾਰੇ ਸੋਚਦੇ ਆਂ ਆਪਣੇ ਬਾਰੇ ਕਮਾਉਂਦੇ ਆਂ ਉਹ ਚੀਜ਼ ਤਾਂ ਮਿੱਟੀ ਹੋ ਜਾਂਦੀ ਪਰ ਜੋ ਚੀਜ਼ ਦਾਨਪੁਨ ਕਰਦੇ ਆਂ ਤੇ ਦੂਜਿਆਂ ਬਾਰੇ ਸੋਚਦੇ ਆਂ ਉਹ ਉਮਰ ਵੀ ਲੇਖੇ ਲੱਗਦੀ ਤੇ ਜੋ ਦਾਨਪੁਨ ਕਰਦੇ ਆਂ ਉਹੀ ਆਪਣੀ ਜਿਹੜੀ ਆ ਉਹ ਆਪਣੀ ਅਸਲੀ ਕਿਰਤ ਹੁੰਦੀ ਕਹਿੰਦੇ ਤੇ ਤੁਹਾਨੂੰ ਯਾਦ ਹੋਵੇ ਕਿੰਦੇ ਜਦੋਂ ਮਾਤਾ ਜੀ ਦਾ ਕਿੰਦੇ ਗੋਡਾ ਟੁੱਟ ਗਿਆ ਸੀ ਕਿੰਦੇ ਗੋਡਾ ਟੁੱਟਣ ਤੋਂ ਬਾਅਦ ਕਿੰਦੇ ਆਪਣੇ ਕਰ ਇੱਕ ਸੰਤ ਫਕੀਰ ਆਏ ਸਨ ਕਿੰਦੇ ਜਦੋਂ ਉਹਨਾਂ ਨੇ ਮਾਤਾ ਜੀ ਨੂੰ ਦੱਸਿਆ ਸੀ ਵੀ ਮਾਤਾ ਵੀ ਤੂੰ ਵਾਿਗਰੂ ਦੇ ਲੇਖੇ ਲਾ ਉਹਨਾਂ ਮਾਤਾ ਨੂੰ ਕਰਮ ਕਰਨ ਲਈ ਕਿਹਾ ਤੇ ਮਾਤਾ ਉਸ ਤੋਂ ਬਾਅਦ ਪਰਮਾਤਮਾ ਦੇ ਲੇਖੇ ਲਾ ਕੇ ਲਗਭਗ 7 ਬਰੇ ਹੋ ਗਏ ਨੇ ਮਾਤਾ ਜੀ ਉਦੋਂ ਰੋਜ਼ ਦੇ ਕਥਾ ਕੀਰਤਨ ਸੁਣਦੇ ਨੇ ਆਪਣੇ ਹੱਥੀ ਪ੍ਰਸ਼ਾਦਾ ਪਕਾ ਰੋਜ਼ ਕਿਸੇ ਨੂੰ ਖਵਾਉਂਦੇ ਨੇ ਤੇ ਲਗਭਗ 7 ਬਰੇ ਹੋ ਗਏ ਨੇ ਉਹਨਾਂ ਦਾ ਇਹ ਕਰਮ ਜਿਹੜਾ ਉਹ ਹੋਇਆ ਜਿਸ ਦੇ ਕਾਰਨ ਮੈਂ ਕਿਹਾ ਵੀ ਉਹਨਾਂ ਦੀ ਉਮਰ 7 ਬਰੇ ਹੈ ਕਹਿੰਦੇ ਮਾਤਾ ਜੀ ਦੇ ਕੁਝ ਸਮੇਂ ਪਹਿਲਾਂ ਕਹਿੰਦੇ ਰੋਜ਼ ਉਹਨਾਂ ਦਾ ਕਥਾ ਕੀਰਤਨ ਬਾਹਰ ਸੁਣਨ ਨੂੰ ਮਾਣ ਕਰਦਾ ਸੀ ਜਿੱਥੇ ਸੰਗਤ ਬੈਠਦੀ ਹੋਵੇ ਕਹਿੰਦੇ ਉਹ ਮਾਤਾ ਜੀ ਦੇ ਨਾਲ ਮੈਂ ਵੀ ਜਾਇਆ ਕਰਦੀ ਸੀ ਕਹਿੰਦੇ ਮਾਤਾ ਜੀ ਤੋਂ ਤੁਰਿਆ ਨਹੀਂ ਸੀ ਜਾਂਦਾ ਤੇ ਸਹਾਰਾ ਦੇ ਕੇ ਮੈਂ ਤੇ ਮੇਰਾ ਘਰ ਵਾਲਾ ਲੈ ਕੇ ਜਾਂਦੇ ਸੀ ਸਾਨੂੰ ਲਗਭਗ 3.5 ਬਰੇ ਹੋ ਗਏ ਨੇ ਇਕੱਠੇ ਜਾਂਦੇ ਨੂੰ ਇਸ ਲਈ ਉਹ 3.5 ਬਰੇ ਮੇਰੇ ਘਰ ਵਾਲੇ ਦੀ ਉਮਰ ਹੈ ਕਿੰਦੇ ਤੁਸੀਂ ਹਜੇ ਜਨਮ ਹੀ ਨਹੀਂ ਲਿਆ ਕਿਉਂਕਿ ਤੁਸੀਂ ਹਜੇ ਤੱਕ ਕਦੀ ਦਾਨ ਪੁੰਨ ਨਹੀਂ ਕੀਤਾ ਪਰਮਾਤਮਾ ਦਾ ਨਾਮ ਲਈ ਲਿਆ ਉਹਨੇ ਕਿਹਾ ਹਾਂ ਤੀਏ ਮੈਂਨ ਸਾਰੀ ਉਮਰ ਤੁਹਾਡੇ ਲਈ ਕਮਾਂਦਾ ਰਿਹਾ ਪਰ ਹੁਣ ਮੈਨੂੰ ਗਿਆਨ ਹੋ ਗਿਆ ਵੀ ਅਸਲ ਗਿਆਨ ਉਹੀ ਹੈ ਅਸਲ ਕਮਾਈ ਉਹੀ ਹੈ ਜੋ ਦੁਜਿਆਂ ਦੇ ਲੇਖੇ ਨਾਲ ਲਾਈ ਜਾਵੇ ਜੇ ਪਰਮਾਤਮਾ ਨੇ ਇਸਮਰਥਾ ਦਿੱਤੀ ਹੈ ਤੇ ਇਹਦੇ ਨਾਲ ਆਪਾਂ ਦੁਜਿਆਂ ਦੀ ਮਦਦ ਵੀ ਕਰੀਏ ਉਹਨੇ ਕਿਹਾ ਠੀਕ ਹੈ ਸਾਰੇ ਜਣੇ ਉਹਦੀ ਨੂ ਦੀ ਵਾਹ ਵਾਹ ਕਰਕੇ ਤੇ ਚਲੇ ਗਏ ਕਹਿੰਦੇ ਅਗਲੇ ਦਿਨ ਉਹ ਆਪਣੇ ਗੋਦਾਮ ਗਿਆ ਕਹਿੰਦੇ ਪਿਛਲੇ ਸਾਲ ਤੇ ਇਸ ਸਾਲ ਬੜਾਮੀ ਪੈਣ ਕਰਕੇ ਗੋਦਾਮ ਦਾ ਕੁਝ ਹਿੱਸਾ ਉਤੋਂ ਜਿਹੜਾ ਛੱਤ ਸੀ ਉਹ ਠੀਕ ਨਹੀਂ ਸੀ ਹੈਗਾ ਪਾਣੀ ਦੀਆਂ ਕਣੀਆਂ ਪੈ ਪੈ ਉੱਥੇ ਜਿੰਨੀ ਕਣਕ ਪਈ ਸੀ ਉਹ ਸਾਰੀ ਖਰਾਬ ਹੋ ਗਈ ਕਹਿੰਦੇ ਫੁੱਲ ਗਈ ਉਹਨੇ ਆਪਣੇ ਕਾਮਿਆਂ ਨੂੰ ਕਿਹਾ ਵੀ ਜਿੰਨੀ ਵੀ ਕਣਕ ਆਨਾ ਖਰਾਬ ਹੋਈ ਉਹ ਮੇਰੇ ਘਰ ਦੇ ਅੱਗੇ ਜਾ ਕੇ ਤੇ ਬੋਰੀਆਂ 'ਚ ਭਰ ਕੇ ਤੇ ਰੱਖ ਆਓ ਕਹਿੰਦੇ ਇਹ ਸਾਰੀ ਮੈਂ ਗਰੀਬ ਦੁਰਬੇ ਨੂੰ ਦਾਨ ਕਰਨੀ ਕਹਿੰਦੇ ਜਦੋਂ ਬੋਰੀਆਂ ਭਰ-ਭਰ ਕੇ ਤੇ ਘਰ ਦੇ ਅੱਗੇ ਰੱਖ ਕੇ ਨਾ ਤੇ ਘਰ ਦੇ ਅੱਗੇ ਬੜੀ ਜਿਆਦਾ ਦੁਰਗੰਧ ਆਉਣ ਲੱਗੀ ਉਹਨੇ ਬਾਹਰ ਜਾ ਕੇ ਦੇਖਿਆ ਤੇ ਪੁੱਛਿਆ ਪਿਤਾ ਜੀ ਇਹ ਕੀ ਵੀ ਇੰਨੀ ਜਿਆਦਾ ਦੁਰਗੰਧ ਆਈ ਜਾਂਦੀ ਹੈ ਕਹਿੰਦੇ ਧੀਏ ਵੀ ਇਹਨਾਂ ਕਣਕ ਥੋੜੀ ਖਰਾਬ ਹੋ ਗਈ ਸੀ ਇਸ ਕਰਕੇ ਮੈਂ ਆਪਣੇ ਪਿੰਡ ਦੇ ਜਿੰਨੇ ਗਰੀਬ ਨੇ ਨਾ ਸਾਰਿਆਂ ਨੂੰ ਇਹ ਦਾਣ ਦੇਣਾ ਚਾਹੁੰਦੇ ਹਾਂ ਹੁਣ ਉਹਨੇ ਉਸ ਸਮੇਂ ਕੁਝ ਨਾ ਕਿਹਾ ਉਹਨੂੰ ਏਸੀ ਵੀ ਇਸ ਸਮੇਂ ਇੰਨੇ ਜਣੇ ਖੜੇ ਨੇ ਕੁਝ ਕਮਾਂਗੀ ਤੇ ਇਹਨਾਂ ਦਾ ਵੀ ਨੁਕਸਾਨ ਹੋਏਗਾ ਇਹਨਾਂ ਦੀ ਇੱਜ਼ਤ ਮਾਨਤੇ ਵੀ ਬਣੇਗੀ ਤੇ ਇਸ ਤਰ੍ਹਾਂ ਹੀ ਸਮਝਣਗੇ ਵੀ ਨਹੀਂ ਘਰ ਦੇ ਅੰਦਰ ਗਈ ਕੋਝ ਸਮੇ ਬਾਅਦ ਉਥੋਂ ਹੀ ਦੋ ਕੋਲੇ ਕਣਕ ਦੇ ਚੁੱਕੇ ਉਹਨੂੰ ਧੋਇਆ ਚੱਕੀ ਦੇ ਵਿੱਚ ਪੀ ਕੇ ਤੇ ਪ੍ਰਸ਼ਾਦੇ ਬਣਾਉਣ ਲੱਗੇ ਦੁਪਹਿਰ ਸਮੇ ਪਿਤਾ ਜੀ ਆਏ ਕਹਿੰਦੇ ਪ੍ਰਸ਼ਾਦਾ ਛਕਣ ਲੱਗੇ ਜਦੋਂ ਪ੍ਰਸ਼ਾਦਾ ਖਾਧਾ ਦੋ ਗਰਾਈਆਂ ਖਾਧੀਆਂ ਤੇ ਉਹ ਵੀ ਵਾਪਸ ਆ ਗਏ ਉਹਨੇ ਆਵਾਜ਼ ਲਗਾਈ ਵੀ ਅੱਜ ਪ੍ਰਸ਼ਾਦੇ ਪਾਣੀ 'ਚ ਐਸੀ ਕੀ ਗੜਬੜ ਹੈ ਵੀ ਮੂੰਹ ਨੂੰ ਜਾਂਦਾ ਹੀ ਨਹੀਂ ਪਿਆ ਉਹਨੇ ਕਿਹਾ ਪਿਤਾ ਜੀ ਵੀ ਕੋਈ ਗੜਬੜ ਨਹੀਂ ਕਹਿੰਦੇ ਕੁਝ ਤਾਂ ਹੈ ਤੁਹਾਡਾ ਅਟਾ ਕਦੋਂ ਪੀਸਿਆ ਸੀ ਕਹਿੰਦੀ ਕਣਕ ਲੈ ਕੇ ਧੋ ਕੇ ਪੀਸ ਕੇ ਤੇ ਤਾਜ਼ਾ ਪ੍ਰਸ਼ਾਦਾ ਬਣਾਇਆ ਉਹਨੇ ਕਿਹਾ ਪਰ ਇਹ ਰੋਜ ਵਾਂਗਣੀ ਤੂੰ ਕਣਕ ਕਿਥੋਂ ਲਈ ਕਹਿੰਦੇ ਆਪਣੇ ਦਰਵਾਜ਼ੇ ਦੇ ਜੋ ਸਾਹਮਣੇ ਪਈ ਸੀ ਉਹਨੇ ਕਿਹਾ ਉਹ ਤਾਂ ਖਰਾਬ ਹੈ ਉਹ ਕਣਕ ਆਪਣੇ ਲਈ ਕਿਉਂ ਵਰਤੀ ਮੈਂ ਆਪਣੇ ਲਈ ਜਿਹੜੀ ਸਾਫ਼ ਸੁਥਰੀ ਕਣਕ ਆ ਉਹ ਆਪਣੇ ਦੇਖੋ ਸਾਹਮਣੇ ਉਹ ਰੁੱਖਾਂ ਦੇ ਥੱਲੇ ਰਿਆ ਕੇ ਰੱਖੀ ਹੋਈ ਹੈ ਉਹਨੇ ਕਿਹਾ ਪਿਤਾ ਜੀ ਫਿਰ ਮੈਂ ਤਾਂ ਤੁਹਾਡੇ ਲਈ ਇਹ ਸਾਰੀ ਤਿਆਰੀ ਕਰਦੀ ਪਈ ਕਿਉਂਕਿ ਅੱਗੇ ਚੱਲ ਕੇ ਤੇ ਤੁਹਾਨੂੰ ਇਹ ਖਾਣੀ ਪੈਣੀ ਉਹਨੇ ਕਿਹਾ ਕਿਉਂ ਆਪਣੇ ਤੇ ਰੋਜ਼ ਸਾਫ ਕਣਕ ਆਉਂਦੀ ਇਹ ਤਾਂ ਗਰੀਬਾਂ ਲਈ ਵੰਡਣ ਲਈ ਮੈਦਾਨ ਕੀਤਾ ਉਹ ਸਮਝ ਗਈ ਸੀ ਵੀ ਪਿਤਾ ਜੀ ਸੁਧਰੇ ਤੇ ਹੈਗੇ ਨੇ ਪਰ ਉਹਨੇ ਨਹੀਂ ਸੁਧਰੇ ਜਿੰਨਾ ਮੈਂ ਸਮਝਦੀ ਸੀ ਉਹਨੇ ਕਿਹਾ ਪਿਤਾ ਜੀ ਤੁਸੀਂ ਸਾਰੀ ਕਣਕ ਜਿਹੜੀ ਹੈ ਇਹ ਦਾਨ ਕਰ ਦੇਣੀ ਤੁਹਾਨੂੰ ਪਤਾ ਹੈ ਆਪਾਂ ਜੋ ਦਾਨ ਕਰਦੇ ਆ ਨਾ ਉਹ ਮੁੜ ਕੇ ਆਪਣੇ ਕੋਲ ਵਾਪਸ ਆਉਂਦਾ ਭਾਵੇਂ ਹੁਣ ਆਏ ਭਾਵੇਂ ਕੁਝ ਸਮੇਂ ਬਾਅਦ ਆਏ ਜਦੋਂ ਆਪਣੇ ਕੋਲ ਆਉਂਦਾ ਤੇ ਜੋ ਦਾਨ ਕੀਤਾ ਹੁੰਦਾ ਨਾ ਉਹ ਕਈ ਗੁਣਾ ਹੋ ਕੇ ਆਪਣੇ ਕੋਲ ਆਉਣਾ ਹੈ ਕਹਿੰਦੀ ਪਿਤਾ ਜੀ ਤੁਸੀਂ ਇਹ ਦਾਨ ਕਰਨ ਲੱਗਿਓ ਮੁੜ ਕੇ ਤੇ ਇਹ ਰੂਪ ਚ ਆਪਣੇ ਕੋਲ ਹੀ ਆਉਣੀਏ ਫਿਰ ਆਪਾਂ ਨੂੰ ਇਹੀ ਕਣਕ ਖਾਣੀ ਪੈਣੀ ਹੈ ਤਾਂ ਕਰਕੇ ਮੈਂ ਹੁਣ ਤੋਂ ਹੀ ਤਿਆਰੀ ਕਰਦੀ ਪਈ ਸੀ ਮਨਿਕਿਆ ਧੀਏ ਮੈਨੂੰ ਮਾਫ ਕਰਦੇ ਮੈਨੂੰ ਨਹੀਂ ਸੀ ਪਤਾ ਵੀ ਇਸ ਚੀਜ਼ ਦਾ ਇੰਨਾ ਵੱਡਾ ਫਲ ਮਿਲ ਜਾਂਦਾ ਉਹਨੇ ਉਹ ਸਾਰੀ ਕਣਕ ਛੱਟ ਕੇ ਤੇ ਆਪਣੇ ਮੁਨੀਮ ਨੂੰ ਕਿਹਾ ਵੀ ਵਧੀਆ ਕਣਕ ਲੈ ਕੇ ਆ ਤੇ ਜਿਸ ਨੂੰ ਜ਼ਰੂਰਤ ਹੈ ਉਸ ਤੇ ਕਾਰੀ ਦੇ ਕੇ ਆ ਕਹਿੰਦੇ ਮਨੁੱਖ ਵੱਲੋਂ ਕੀਤਾ ਕਰਮ ਹੀ ਉਹਨੂੰ ਫਲ ਦੈ ਤੇ ਉਹੀ ਰੂਪ ਚ ਉਹਦੇ ਕੋਲ ਵਾਪਸ ਵਾਪਸ ਆਉਂਦਾ ਹੈ ਦੁੱਖ ਦਵਾਂਗੇ ਦੁੱਖ ਵਾਪਸ ਆਏਗਾ ਸੁੱਖ ਦਵਾਂਗੇ ਸੁੱਖ ਮੁੜ ਕੇ ਵਾਪਸ ਆਵੇਗਾ ਕਹਿੰਦੇ ਜਦੋਂ ਇਹ ਸਾਰਾ ਕੁਝ ਹੋ ਗਿਆ ਤੇ ਕਹਿੰਦੇ ਸੇਠ ਤੇ ਜਿੰਨੇ ਵੀ ਕਾਮੇ ਕਹਿੰਦੇ ਉਹਨਾਂ ਨੂੰ ਵੀ ਉਹ ਸੁਖਪੂਰਵਕ ਆਪਣੇ ਕੋਲ ਰੱਖਣ ਲੱਗਾ ਸੇਠ ਦੇ ਕੋਲ ਜੋ ਵੀ ਆ ਕੇ ਬੈਠਦਾ ਉਨੂੰ ਕਰਮਾਂ ਦਾ ਫਲ ਉਹ ਸਮਝਾਇਆ ਕਰਦਾ ਵੀ ਕਰਮ ਉਹ ਕਰੋ ਜੋ ਮੁੜ ਕੇ ਵੀ ਵਾਪਸ ਆਏ